दोस्तों, मैं अमरजोत सिंह बोल रहा हूँ। मेरे लाइन से जुड़े हुए हैं मनजीत सिंह फ्रॉम कतर। तो मनजीत सिंह, दसो की इनक्वायरी है तुझी की, क्या चाहते मेरे तो पहले माई ये वर्क परमिट के बारे कुछ पूछ रहे कि तो कोई इमीग्रेशन कंसल्टेंट है जो ऑफर दे रहे जॉब। जी सर, मैं कंसल्टेंट एक गल की सर कैनेडा, ते उन्होंने मैं उन्होंने कॉल की। मैं कहा सर भी मैं 10th 2000 ईयर का पास आउट है, ते मैं हूँ रिसेंटली ओपन बोर्ड के विच प्लस टू की, ते मेरे को एक्सपीरियंस है सऊदी अरेबिया का और कतर ते मैं रिसेंटली जॉब कर रहा। ते उन्होंने मैं कहा जी मेरा वर्क परमिट तो हो जाएगा, तो कहते जी हाँ जी हो जाएगा जी। मैं कहा सर क्या प्रोसेस रहेगा, तो क्या मतलब पेमेंट का हिसाब रहेगा। तो वह मैनू कहते जी टोटल थोड़ा $35 लगेगा जी, ते विद LMI ए ते थोड़ा कम हो जाएगा। तो फिर मैं क्या सर भी उद्दों पेमेंट मतलब के पेमेंट का शेड्यूल क्या रहेगा, भी एडवांस है या कितना। तो वह कह रहे थे भी थानू $5000 एडवांस देना पेगा, ते उस तो बाद थोड़ा काम हो जाएगा, ते बाकी दी पेमेंट तुसी तद कर देनी। फिर मैंने उन्होंने कहा, मैं कहा सर भी $5000 जेड़ा हैगा और रिफंडेबल है, उसकी कोई थोड़ा स्लिप मिलेगी। वो कह रहे सर भी वो रिफंडेबल नहीं है, पर थोड़ा वीजा कैंसल नहीं होएगा, 100% चांस है भी वीजा मिल जाना। ਆਪਾਂ ਇੱਥੇ ਥੋੜ੍ਹਾ ਰੁਕੇ ਨਾ ਕਿ ਕਰਕੇ ਇਹਨੂੰ ਐਕਸਰੇ ਕਰਦੇ ਹਾਂ ਕਿ ਪਹਿਲੀ ਗੱਲ ਵੀਜ਼ਾ ਦੇ ਚਾਂਸਸ ਤੇ ਕੋਈ ਗਰੰਟੀ ਦੇ ਨਹੀਂ ਸਕਦਾ। ਭਾਵੇਂ ਕੋਈ ਕਿੰਨਾ ਵੱਡਾ ਕੋਈ ਲਾਇਰ ਹੋ, ਕੰਸਲਟੈਂਟ ਹੋ, ਕੋਈ ਵੀ ਹੋ, ਵੀਜ਼ਾ ਦੇ ਚਾਂਸਸ ਪੈਸੇ ਲੈ ਕੇ $5 ਜੋ ਵੀ ਕੁਝ ਲੈ ਕੇ ਵੀਜ਼ਾ ਦੀ ਗਰੰਟੀ ਕਰਨਾ, ਇਹ ਤੇ ਮੇਰੇ ਖਿਆਲ ਇਟਸ ਵੇ ਬਿਯੋਂਡ ਆ ਇਮੇਜਿਨੇਸ਼ਨ ਕਿ ਵੀ ਵੀਜ਼ਾ ਦੀ ਗਰੰਟੀ ਕਿਵੇਂ ਕਰ ਰਹੇ ਹਾਂ। ਦੂਸਰਾ, ਜਿਹੜੇ $5 ਉਹ ਲੈ ਰਹੇ ਹੈ ਉਹ ਕਦ ਲਈ ਲੈ ਰਹੇ ਹੈ, ਕੋਈ ਰਸੀਦ ਨਹੀਂ ਦੇ ਰਹੇ। ਇਹਦੇ ਲਈ ਮੈਨੂੰ ਮਤਲਬ ਥੋੜ੍ਹਾ ਜਿਹਾ ਫਿਕਰਮੰਦ ਮੈਂ ਹੈ ਕਿ ਵੀ ਰਸੀਦ ਕਿਉਂ ਨਹੀਂ ਦੇ ਰਹੇ। ਪੈਸੇ ਚਾਰਜ ਕਰਨਾ ਕੋਈ ਗੁਨਾਹ ਨਹੀਂ ਹੈ, ਪੈਸੇ ਚਾਰਜ ਕਰੋ, ਲੇਕਿਨ ਰਸੀਦ ਤੇ ਦਿਓ, ਪਤਾ ਲੱਗੇ ਕਿ ਵੀ ਕਿਸ ਚੀਜ਼ ਦੀ ਰਸੀਦ ਹੈ, ਕੌਣ ਪੈਸੇ ਲੈ ਰਿਹਾ। ਤੁਸੀਂ ਉਸ ਚੀਜ਼ ਨੂੰ ਪੈਸੇ ਲੈਣ ਲਈ ਤੁਸੀਂ ਹੱਕਦਾਰ ਵੀ ਹੋ ਕਿ ਨਹੀਂ, ਤੁਹਾਡੇ ਕੋਲ ਲਾਇਸੈਂਸ ਵੀ ਹੈ ਕਿ ਨਹੀਂ ਹੈ, ਸੋ ਇਹਦੇ ਬਾਰੇ ਸਾਨੂੰ ਪਤਾ ਨਹੀਂ ਹੈ। ਦੈਟ ਇਜ਼ ਸੈਕਿੰਡ ਪ੍ਰੋਬਲਮ ਏਰੀਆ। ਦੂਸਰਾ ਹੈ ਕਿ ਤੁਸੀਂ ਚਲਾਉਂਦੇ ਹੋ ਬੱਸ, ਮੇਰੇ ਖਿਆਲ ਤੁਸੀਂ ਬੱਸ ਡਰਾਈਵਰ ਹੋ, ਸਰ ਜੀ ਤੇ ਉਹ ਜਿਹੜੇ ਕੰਸਲਟੈਂਟ ਹੈ ਤੁਹਾਨੂੰ ਨੌਕਰੀ ਬੱਸ ਡਰਾਈਵਰ ਦੀ ਲੈ ਕੇ ਦੇ ਰਹੇ, ਕਿਸੇ ਹੋਰ ਦੀ ਨੌਕਰੀ ਲੈ ਕੇ ਦੇ ਰਹੇ, ਕਿਸ ਚੀਜ਼ ਦੀ ਨੌਕਰੀ ਦੇ ਰਹੇ? ਮੇਰਾ ਹੈਵੀ ਬਸ ਹੈਵੀ ਟ੍ਰੇਲਰ ਦਾ ਮਤਲਬ ਮੇਰਾ ਲਾਇਸੈਂਸ ਹੈ ਮੇਰੇ ਕੋਲ ਸਾਊਦੀ ਦਾ, ਤੇ ਉਹਦੇ ਬਿਹਾਫ ਤੇ ਉਹ ਕਹਿ ਰਹੇ ਸੀ ਵੀ ਤੁਹਾਨੂੰ ਟ੍ਰੇਲਰ ਦਾ ਮਿਲਣਾ ਲੌਂਗ ਹੌਲ ਦਾ। ਆਈ ਡਾਊਟ ਇਟ ਕਿ ਤੁਹਾਨੂੰ ਮਿਲ ਜਾਏਗਾ। ਦੂਸਰੀ ਚੀਜ਼ ਹੈ ਕਿ ਟਰੱਕ ਡਰਾਈਵਰ ਦੀ ਜੌਬ ਲਈ ਤੁਹਾਡੇ ਕੋਲ, ਸੌਰੀ ਇਫ ਆਈ ਡੋਨਟ ਅੰਡਰਸਟੈਂਡ, ਤੁਹਾਡੇ ਕੋਲ ਟਰੱਕਿੰਗ ਦਾ ਐਕਸਪੀਰੀਅੰਸ ਹੈ? ਜੀ ਸਰ ਟਰੱਕਿੰਗ ਦਾ ਐਕਸਪੀਰੀਅੰਸ ਹੈ, ਅਗਰ ਜੇ ਟਰੱਕਿੰਗ ਦੀ ਜੌਬ ਤੁਹਾਨੂੰ ਲੈ ਕੇ ਦੇ ਰਹੇ ਹੋ, ਸਰ ਉਹਨੇ ਮੈਨੂੰ ਤਾਂ ਲੌਂਗ ਹੌਲ ਟਰੱਕ ਦਾ ਕਿਹਾ ਸੀਗਾ, ਹੁਣ ਬਾਕੀ ਇੰਨੀ ਨੌਲੇਜ ਵੀ ਨਹੀਂ ਹੈ ਸਰ ਮੈਨੂੰ ਤਾਂ। ਓਕੇ, ਸੋ ਸਭ ਤੋਂ ਪਹਿਲੀ ਚੀਜ਼ ਹੈ ਤੇ ਉਹਨਾਂ ਤੋਂ ਪਹਿਲਾਂ ਇੱਕ ਮੰਗਣਾ ਚਾਹੀਦਾ ਕਿ ਵੀ ਸਾਨੂੰ ਇੱਕ ਜੌਬ ਆਫਰ ਤੁਸੀਂ ਲੈ ਕੇ ਦਿਓ। ਅਗਰ ਜੇ ਤੁਸੀਂ ਇੰਪਲੋਇਰ ਦਾ ਨਾਮ ਲੁਕਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਹਾਈਡ ਕਰ ਦਿਓ, ਡੈਟਸ ਓਕੇ, ਪਰ ਮੈਨੂੰ ਇੱਕ ਜੌਬ ਆਫਰ ਤੇ ਲੈ ਕੇ ਦਿਓ ਕਿ ਵੀ ਮੇਰੀ ਜੌਬ ਡਿਊਟੀਜ਼ ਕੀ ਹੈ, ਕਿਹੜਾ ਟਰੱਕ ਮੈਂ ਚਲਾਉਣਾ ਉੱਥੇ ਜਾ ਕੇ ਕੈਂਡ, ਤੇ ਮੇਰੀ ਤਨਖਾਹ ਕਿੰਨੀ ਹੋਏਗੀ, ਪਰ ਮੰਥ ਹੋਏਗੀ, ਪਰ ਆਵਰ ਹੋਏਗੀ, ਪਰ ਮਾਈਲੇਜ ਹੋਏਗੀ, ਪਰ ਕਿਲੋਮੀਟਰ ਹੋਏਗੀ, ਕਿਸ ਤਰ੍ਹਾਂ ਹੋਏਗਾ, ਮੇਰਾ ਜੋ ਕੈਨੇਡਾ ਦਾ ਲਾਇਸੈਂਸ ਹੈ ਉਹ ਕਿਸ ਤਰ੍ਹਾਂ ਮਿਲੇਗਾ, ਉਹਦੇ ਵਿੱਚ ਕਿੰਨੇ ਪ੍ਰੋਸੈਸਿੰਗ ਟਾਈਮ ਹੈ, ਕਿੰਨਾ ਖਰਚਾ ਹੈ, ਕਿਉਂਕਿ ਜਦ ਤੱਕ ਤੁਸੀਂ ਕੈਨੇਡੀਅਨ ਲਾਇਸੈਂਸ ਨਹੀਂ ਲੈਂਦੇ ਤਦ ਤੱਕ ਤੁਸੀਂ ਗੱਡੀ ਨਹੀਂ ਚਲਾ ਸਕੋਗੇ, ਸੋ ਇਹ ਚੀਜ਼ ਪੁੱਛਣੀ ਜ਼ਰੂਰੀ ਹੈ। LMIA ਦਾ ਖਰਚਾ ਹੈ, LMIA ਦਾ ਖਰਚਾ ਹਮੇਸ਼ਾ ਇੰਪਲੋਇਰ ਬੀਅਰ ਕਰਦਾ ਹੈ, ਉਹ ਅਗਰ ਤੁਹਾਡੇ ਸਿਰ ਤੇ ਸੱਟ ਰਹੇ ਹੈ, ਅਗਰ ਜੇ ਖਰਚਾ, ਦੈਟ ਮੀਨਸ ਇਹ ਰੋਂਗ ਹੈ, ਗੈਰ ਕਾਨੂੰਨੀ ਹੈ। $1000 ਉਹਦੀ ਫੀਸ ਹੈ, ਅਗਰ ਜੇ ਐਡਵਰਟਾਈਜਮੈਂਟ ਕਰਨੀ, ਫਲਾਨਾ ਕਰਨਾ, $2000 ਸ਼ਾਇਦ ਹੋਰ ਖਰਚ ਹੋ ਸਕਦੇ ਹੈ, ਚਲੋ ਮੰਨ ਲਿਆ $2000-3000 ਤੱਕ ਖਰਚਾ ਹੋ ਸਕਦਾ ਹੈ, ਪਰ ਇਹ ਉਹਨਾਂ ਨੂੰ ਪੁੱਛਣਾ ਕਿ ਵੀ ਤੁਸੀਂ LMIA ਮੇਰੇ ਖਾਤਰ ਕਰ ਰਹੇ ਹੋ ਕਿ ਤੁਹਾਡੇ LMIA ਆਲਰੇਡੀ ਹੋ ਚੁੱਕੀ ਹੈ, ਜਾਂ ਤਾਂ ਤੁਸੀਂ ਮੇਰਾ ਨਾਮ ਪਵਾਓਗੇ ਜਾਂ ਹੋਰ ਵੀ ਜਿਹੜੇ ਬੰਦੇ ਇਕੱਠੇ ਆ, ਅਗਰ ਜੇ 2-3 ਬੰਦਿਆਂ ਦਾ ਇਕੱਠੇ ਹੋ ਰਿਹਾ, ਡੈਟ ਮੀਨਸ ਕਿ LMIA ਦਾ ਖਰਚਾ ਵੰਡਿਆ ਜਾਣਾ ਚਾਹੀਦਾ, ਤੇ ਅਗਰ ਤੁਸੀਂ ਮੇਰੇ ਸਿਰ ਤੇ ਅਗਰ $5000 ਦਾ ਬੋਝ ਪਾ ਰਹੇ ਹੋ ਤੇ ਡੈਟ ਇਜ਼ ਨਾਟ ਗੁੱਡ। ਸੋ ਇਸ ਕਰਕੇ ਇਹ ਸਾਰੀ ਗੱਲਾਂ ਜਿਹੜੀ ਕਰਨ ਵਾਲੀ ਹੈ, ਉਹ ਐਕਚੁਅਲੀ ਇਮੀਗ੍ਰੇਸ਼ਨ ਕੰਸਲਟੈਂਟ ਭਾਵੇਂ ਜੋ ਵੀ ਹੋ, ਭਾਵੇਂ ਦੁਬਈ ਦਾ ਹੈ, ਕੈਨੇਡਾ ਦਾ ਹੈ, ਉਹ ਸਾਰੀ ਗੱਲਾਂ ਉਹ ਰਾਜ ਖੋਲਦੇ ਨਹੀਂ, ਕਿਉਂਕਿ ਜ਼ਿਆਦਾ ਇੱਕ ਤਾਂ ਤੁਹਾਨੂੰ ਵੀ ਪਤਾ ਨਹੀਂ ਹੁੰਦਾ ਕਿ ਸਵਾਲ ਕਿਹੜੇ ਪੁੱਛਣੇ ਆ, ਤੇ ਦੂਸਰਾ ਅਗਰ ਜੇ ਸਾਰੇ ਉਹਨਾਂ ਨੇ ਅਗਰ ਜੇ ਤਾਸ਼ ਦੇ ਪੱਤੇ ਖੋਲਤੇ ਤੇ ਤੁਹਾਨੂੰ ਉਹਨਾਂ ਦੇ ਸੀਕ੍ਰੇਟ ਪਤਾ ਲੱਗ ਜਾਣਗੇ ਕਿ ਹਾਂ ਵੀ ਹੋ ਸਕਦਾ ਚਾਹੇ ਤੁਸੀਂ ਇੰਪਲੋਈ ਨੂੰ ਡਾਇਰੈਕਟਲੀ ਰਾਬਤਾ ਕਰ ਲਓ, ਸੋ ਡੈਟ ਇਜ਼ ਆਲਸੋ ਡੇਂਜਰਸ ਫੋਰ ਦੈਮ। ਇਸ ਕਰਕੇ ਆਖਰੀ ਜਿਹੜੀ ਚੀਜ਼ ਹੈ ਜਿਹੜੀ $35,000 ਜੀ ਗੱਲ ਕੀਤੀ ਹੈ, $35,000 ਜਿਹੜਾ ਇਹ ਪੈਸੇ ਲੈ ਕੇ ਜੌਬ ਵੇਚਣਾ, ਇਹ ਗੈਰ ਕਾਨੂੰਨੀ ਹੈ,
ਉਹ ਅਗਰ ਇਮੀਗ੍ਰੇਸ਼ਨ ਕੰਸਲਟੈਂਟ ਹੈ, ਲਾਇਰ ਹੈ, ਕੋਈ ਵੀ ਹੈ, ਉਹਨਾਂ ਕੋਲ ਲਾਇਸੈਂਸ ਹੈ, ਅਗਰ ਜੇ ਉਹਨਾਂ ਦੀ ਰਿਪੋਰਟ ਹੋ ਗਈ, ਤੁਸੀਂ ਰਿਪੋਰਟ ਕਰੋਗੇ, ਕੋਈ ਨਾ ਕੋਈ ਕਰੇਗਾ ਸ਼ਾਇਦ, ਤੋ ਉਹਨਾਂ ਦਾ ਲਾਇਸੈਂਸ ਜਾਏਗਾ ਅਤੇ ਪੈਨਲਟੀ, ਹੈਵੀ ਪੈਨਲਟੀ ਐਵੇਂ ਹੋ ਸਕਦੀ ਹੈ। ਕਈਆਂ ਨੇ ਜਿਹੜੇ ਪਹਿਲਾਂ ਇਹ ਕੰਮ ਕਰਦੇ ਸਨ, ਉਹਨਾਂ ਨੂੰ ਜੇਲ੍ਹਾਂ ਵੀ ਹੋ ਗਈਆਂ ਇਸ ਸਾਰੇ ਕੰਮ ਕਰਦੇ ਹੋਏ, ਕਿਉਂਕਿ ਉਹ ਰਸੀਦ ਕੋਈ ਦਿੰਦੇ ਨਹੀਂ। ਰਸੀਦ ਨਾ ਦੇਣ ਕਰਕੇ ਕਿਸੇ ਕੋਲ ਕੋਈ ਸਬੂਤ ਨਹੀਂ ਹੈ, ਪੈਸੇ ਦਾ ਲੈਣ ਦੇਣ ਕੈਸ਼ 'ਚ ਹੋ ਗਿਆ, ਕਿਸੇ ਨੂੰ ਨਹੀਂ ਪਤਾ ਕੌਣ ਦੇ ਗਿਆ, ਪੈਸੇ ਕੌਣ ਲੈ ਗਿਆ। ਸਾਰੇ ਕਹਿੰਦੇ ਜੀ ਵੀ ਸਾਡਾ ਤਾਂ ਕੋਈ ਲੈਣਾ ਦੇਣਾ ਹੈ ਨਹੀਂ, ਪਤਾ ਨਹੀਂ ਕੋਈ ਫਲਾਣਾ ਅਗਲਾ ਦੇ ਗਿਆ, ਪਤਾ ਨਹੀਂ। ਸੋ ਇਟ ਇਜ਼, ਇਹ ਸਾਰਾ ਗੋਲਮਾਲ ਹੈ ਸਾਰਾ ਕੰਮ। ਸੋ ਇਸ ਕਰਕੇ ਮੈਨੂੰ ਇਸ ਕੰਮ ਤੋਂ ਜ਼ਰਾ ਡਰ ਲੱਗਦਾ, ਇਸ ਕਰਕੇ ਬਚ ਕੇ ਰਹਿਣਾ ਚਾਹੀਦਾ ਤੁਹਾਨੂੰ ਵੀ, ਸਾਰੇ ਨੂੰ, ਭਾਵੇਂ ਤੁਸੀਂ ਆਲਰੇਡੀ ਕੈਨੇਡਾ ਹੋ ਜਾਂ ਮਿਡਲ ਈਸਟ ਹੋ ਜਾਂ ਇੰਡੀਆ ਹੋ, ਬੰਗਲਾਦੇਸ਼, ਪਾਕਿਸਤਾਨ, ਜਿਹੜੀ ਮਰਜ਼ੀ ਕੰਟਰੀ 'ਚ ਹੋ, ਇਹ ਸਾਰੇ ਕੰਮ ਦੇ ਵਿੱਚ ਟ੍ਰਾਂਸਪੇਰੈਂਸੀ ਨਹੀਂ ਹੈ। ਕੋਈ ਵੀ ਜੋ ਕੈਨੇਡਾ ਦਾ ਇਮੀਗ੍ਰੇਸ਼ਨ ਲਾਇਰ ਜਾਂ ਇਮੀਗ੍ਰੇਸ਼ਨ ਲਾਇਸੈਂਸ ਕੰਸਲਟੈਂਟ ਹੈ, ਅਗਰ ਉਹ ਤੁਹਾਨੂੰ ਕੋਈ ਰਸੀਦ ਨਹੀਂ ਦੇ ਰਿਹਾ, ਡੈਟ ਮੀਨਸ ਡੇਂਜਰ ਸਾਈਨ ਹੈ। ਰਸੀਦ ਦੇ ਬਗੈਰ ਅਤੇ ਲਿਖਾ ਪੜ੍ਹੀ ਦੇ ਬਗੈਰ ਕੋਈ ਕੰਮ ਕਰਨਾ ਨਹੀਂ ਚਾਹੀਦਾ। ਅਤੇ ਦੂਸਰਾ, ਉਹਨਾਂ ਨੇ ਜੋ 35,000 ਦੀ ਗੱਲ ਕੀਤੀ ਹੈ ਨਾ, ਅਗਰ ਸਰਕਾਰ ਨੂੰ ਪਤਾ ਲੱਗਿਆ, ਜਿਹੜੇ ਅਗਰ ਬ੍ਰਿਟਿਸ਼ ਕੋਲੰਬੀਆ ਦੇ, ਤੁਹਾਨੂੰ ਪਤਾ ਉਹ ਉੱਥੋਂ ਕਾਲ ਕਰਦੇ ਸੀ ਤੁਹਾਨੂੰ, ਅਗਰ BC ਸਰਕਾਰ ਨੂੰ ਤੁਸੀਂ ਰਿਪੋਰਟ ਕੀਤੀ ਕਿ ਵੀ ਇਹਨਾਂ ਨੇ ਸਾਡੇ ਤੋਂ ਪੈਸੇ ਡਿਮਾਂਡ ਕੀਤੇ, ਅਤੇ ਉਹਨਾਂ ਦਾ ਲਾਇਸੈਂਸ ਜਾਂਦਾ ਰਹੇਗਾ, ਉਹਨਾਂ ਦੀ ਐਟਲੀਸਟ ਇੱਕ ਇਨਕੁਆਇਰੀ ਸ਼ੁਰੂ ਹੋ ਜਾਏਗੀ। ਸੋ ਇਸ ਕਰਕੇ ਤੁਸੀਂ ਸਾਵਧਾਨ ਹੋ ਜਾਓ, ਸਤਰਕ ਹੋ ਜਾਓ, ਤੁਸੀਂ ਦੇਖ ਲਓ ਕਿ ਵੀ ਕਿਹਦੇ ਨਾਲ ਡੀਲ ਕਰਨਾ, ਕੀ ਕਰਨਾ। ਮੈਂ ਨਹੀਂ ਕਹਿ ਰਿਹਾ ਕਿ ਤੁਸੀਂ XYZ ਕਿਸੇ ਕੋਲ ਜਾਓ, ਇੰਨਾ ਜਾਓ, ਯੂ ਡਿਸਾਈਡ ਕਿ ਤੁਹਾਨੂੰ ਕੌਣ ਜੋਬ ਦੇਗਾ। ਪਰ ਇਹ ਸਾਰਾ ਜੋ ਵੀ ਤੁਸੀਂ ਜਿਹੜਾ ਵੇਰਵਾ ਦੱਸਿਆ ਹੈ, ਇਹਦੇ ਵਿੱਚ ਸਾਰਾ ਮਤਲਬ ਮੈਨੂੰ ਮਤਲਬ ਸਾਰੀ ਖਰਾਬੀ ਲੱਗਦੀ ਹੈ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਸੋ ਦੈਟਸ ਆਲ ਆਈ ਹੈਵ ਟੂ ਸੇ, ਬਚ ਕੇ ਰਹੋ, ਪੈਸਾ ਤੁਹਾਡਾ ਚਲਾ ਨਾ ਜਾਵੇ। ਜੇਕਰ ਤੁਹਾਡੇ ਕੋਲ ਅਗਰ ਵਾਕਈ ਅਗਰ ਸੋਲਿਡ ਐਕਸਪੀਰੀਅੰਸ ਹੈ, ਟਰੈਕਿੰਗ ਐਕਸਪੀਰੀਅੰਸ ਹੈ, ਸਾਊਦੀ ਦਾ ਐਕਸਪੀਰੀਅੰਸ ਹੈ, ਵਿਚ ਆਈ ਡੂ ਨਾਟ ਨੋ ਪਰਸਨ, ਮੈਨੂੰ ਨਹੀਂ ਪਤਾ ਕਿ ਸਾਊਦੀ ਦਾ ਐਕਸਪੀਰੀਅੰਸ ਕਿੰਨਾ ਇੱਕ ਵੈਲਿਊਬਲ ਹੈ ਕੈਨੇਡਾ ਲਈ। ਹਾਂ, ਦੁਬਈ ਦੇ ਐਕਸਪੀਰੀਅੰਸ 'ਤੇ ਸ਼ਾਇਦ ਉਹ ਮੰਨਦੇ ਹੈ, ਸ਼ਾਇਦ ਉਹਨਾਂ ਨੂੰ ਕਹਿੰਦੇ, ਉਹਨਾਂ ਨੂੰ ਮਤਲਬ ਕਿ ਰਿਕਗਨਾਈਜ਼ ਕਰਦੇ ਕਿ ਵੀ ਦੁਬਈ ਦਾ ਐਕਸਪੀਰੀਅੰਸ ਉੱਥੇ ਟਰੈਕਿੰਗ ਹੈ, ਪਰ ਆਈ ਡੂ ਨਾਟ ਨੋ ਅਬਾਊਟ ਸਾਊਦੀ। ਅਗਰ ਤਾਂ ਆਲਰੇਡੀ ਇੱਕ ਤੁਹਾਡੇ ਕੋਲ ਅਗਰ ਸੋਲਿਡ ਐਕਸਪੀਰੀਅੰਸ ਹੈ, ਜਿਹੜੇ 18 ਗੇਅਰ ਵਾਲੇ ਟਰੱਕ ਚਲਾਉਂਦੇ, ਜਿਹਦੇ ਵਿੱਚ ਐਟਲੀਸਟ 80,000 ਪਾਉਂਡ ਜਿਹੜਾ ਟ੍ਰੇਲਰ ਤੁਸੀਂ ਖਿੱਚਦੇ ਹੋ, ਉਸ ਤਰ੍ਹਾਂ ਦੇ ਟਰੱਕ ਦਾ ਅਗਰ ਤੁਹਾਡੇ ਕੋਲ ਵਾਕਈ ਐਕਸਪੀਰੀਅੰਸ ਹੈ, ਮਿਨੀਮਮ 2 ਈਅਰਸ, 3 ਈਅਰਸ ਪਲੱਸ, ਤੁਹਾਡੇ ਕੋਲ ਇੰਗਲਿਸ਼ ਹੈ IELTS 5.5 ਐਟਲੀਸਟ, ਅਤੇ ਤੁਸੀਂ ਆਪਣੇ ਗੂਗਲ 'ਤੇ ਬੈਠ ਕੇ ਕੰਪਨੀਆਂ ਨੂੰ ਸਰਚ ਕਰੋ, ਅਤੇ ਟਰੱਕਿੰਗ ਕੰਪਨੀ ਦੀ ਜੋਬ ਦੇ ਕੇ ਸਰਚ ਕਰੋ, ਉਹਨਾਂ ਨੂੰ ਰੈਜ਼ਮੇ ਆਪਣਾ ਦਿਓ, ਡਰਾਈਵਿੰਗ ਲਾਇਸੈਂਸ ਦੀ ਕਾਪੀ ਐਂਡ ਡਰਾਈਵਿੰਗ ਐਬਸਟ੍ਰੈਕਟ ਸਾਰਾ ਕਰਕੇ ਸਰਚ ਕਰੋ, ਇੰਗਲਿਸ਼ ਦਾ ਸਕੋਰ ਅਟੈਚ ਕਰਕੇ, ਅਤੇ ਟਰਾਈ ਕਰੋਗੇ ਤੁਹਾਨੂੰ ਡਾਇਰੈਕਟ ਕੋਈ ਇੰਪਲੋਇਰ ਮਿਲਦਾ ਹੈ। ਇਹ ਇੰਪੋਸੀਬਲ ਨਹੀਂ ਹੈ, ਮੁਸ਼ਕਿਲ ਜ਼ਰੂਰ ਹੈ, ਲੇਕਿਨ ਇਹ ਤੁਹਾਨੂੰ ਤੁਸੀਂ ਆਪਣੇ ਆਪ ਕਰੋਗੇ ਅਤੇ ਤੁਹਾਨੂੰ ਵਧੀਆ ਰਹੇਗਾ, ਅਤੇ ਕੋਈ ਖਰਚਾ ਵੀ ਤੁਹਾਨੂੰ ਦੇਣਾ ਨਹੀਂ ਪਏਗਾ, ਇਹ ਮੈਂ ਕਹਿ ਸਕਦਾ। ਬਾਕੀ ਕੋਈ ਫੋਨ ਆ ਰਿਹਾ, ਆਮ ਨੋਟ ਟੇਕ ਦਿਸ ਫੋਨ, ਅਤੇ ਤੁਸੀਂ ਆਪਣੇ ਆਪ ਸਰਚ ਕਰੋ, ਦੈਟਸ ਆਲ ਆਈ ਦੈਟਸ ਆਲ ਲੁਕਿੰਗ ਸੇ। ਹਾਂ, ਇੰਪਲੋਇਰ ਨੂੰ ਇਹ ਜ਼ਰੂਰ ਹੁੰਦਾ ਕਿ ਬੰਦਾ ਬਾਹਰ ਬੈਠਾ ਹੈ, ਅਤੇ ਉਹ ਫਿਰ ਮਤਲਬ ਕਿਵੇਂ ਕਰੇਗਾ, ਇੰਟਰਵਿਊ ਕਰੇਗਾ ਜਾਂ ਕਿਸ ਤਰ੍ਹਾਂ ਪੇਪਰ ਵਰਕ ਹੋਊਗਾ, ਅਤੇ ਲੋਕਾਂ ਨੂੰ ਥੋੜ੍ਹਾ ਜਿਹਾ, ਜਿਹੜੇ ਇੰਪਲੋਇਰਸ ਹੈ ਉਹਨਾਂ ਨੂੰ ਵੀ ਖੂਨ ਲੱਗਿਆ ਮੂੰਹ, ਅਤੇ ਉਹਨਾਂ ਨੂੰ ਪਤਾ ਹੈ ਕਿ ਵੀ ਪੈਸੇ ਨਾਲ ਇਹ ਕੰਮ ਵਿਕਦਾ ਹੈ, ਅਤੇ ਉਹ ਕਹਿੰਦੇ ਲਓ ਜੀ ਪੈਸੇ ਸਾਨੂੰ ਕੁਝ ਦੇ ਕੇ ਜਾਓ। ਕਈ ਟਰੈਕਿੰਗ ਕੰਪਨੀਆਂ ਇਸ ਤਰ੍ਹਾਂ ਵੀ ਆ, ਉਹਨਾਂ ਨੇ ਜਿਸ ਤਰ੍ਹਾਂ ਤੁਸੀਂ 35,000 ਕਿਹਾ, ਜੇਕਰ 4-5 ਅਗਰ ਜੇ ਡਰਾਈਵਰ ਲੈ ਲਏ, ਅਤੇ ਉਹਨਾਂ ਦੇ ਤਾਂ ਬਣ ਗਏ $1.5-1.5 ਲੱਖ ਬਣ ਗਿਆ, ਉਹਨਾਂ 'ਤੇ ਤਾਂ ਨਵਾਂ ਟਰੱਕ ਆ ਜਾਏਗਾ। ਸੋ ਇਹ ਤਾਂ ਉਹਨਾਂ ਦੇ ਧੰਦਾ ਹੀ ਬਹੁਤ ਹੈ, ਭਾਵੇਂ ਟਰੈਕਿੰਗ 'ਚ ਮੁਨਾਫਾ ਹੋ ਨਾ ਹੋ, ਅਤੇ ਇਸ ਤਰ੍ਹਾਂ ਹੀ ਉਹਨਾਂ ਦਾ ਪ੍ਰੋਫਿਟ ਚੱਲ ਰਿਹਾ। ਸੋ ਅਦਰਵਾਈਜ਼ ਤੁਸੀਂ ਇਹ ਦੇਖਣਾ ਕਿ ਵੀ ਤੁਹਾਡੇ ਲਈ ਬਿਹਤਰ ਕੀ ਹੈ, ਤੁਸੀਂ ਡਾਇਰੈਕਟਲੀ ਇੰਪਲੋਇਰ ਨੂੰ ਸਰਚ ਕਰੋ, ਅਪਲਾਈ ਕਰੋ, ਉਹਨਾਂ ਨੂੰ ਸਿਰਫ ਇੰਨਾ ਕਹੋ ਕਿ ਵੀ ਠੀਕ ਹੈ, ਅਸੀਂ ਬਾਹਰ ਬੈਠੇ ਹਾਂ, ਤੁਸੀਂ ਮੈਨੂੰ ਇੱਕ ਮੌਕਾ ਦਿਓ ਇੰਟਰਵਿਊ ਕਰਨ ਦਾ, ਇੱਕ ਮੇਰੀ ਟੈਕਨੀਕਲ ਨੌਲੇਜ ਚੈੱਕ ਕਰੋ, ਮੇਰੀ ਸਕਿੱਲ ਨੌਲੇਜ, ਜਿਹੜੀ ਟਰੈਕਿੰਗ ਦੀ ਨੌਲੇਜ ਚੈੱਕ ਕਰੋ, ਉਹਦੇ ਬਾਅਦ ਅਗਰ ਜੇ ਸਾਡੀ ਘਰ ਕੋਈ ਗੱਲਬਾਤ ਬਣਦੀ ਹੈ, ਅਤੇ ਫਿਰ ਜੋ ਵੀ ਖਰਚਾ ਹੈ ਤੁਸੀਂ ਮੈਨੂੰ ਦੱਸੋ। ਮੈਨੂੂੰ ਇਹ ਪੱਕਾ ਪਤਾ ਹੈ ਕਿ ਇੰਪਲੋਇਰ ਅਗਰ ਤੁਹਾਡੇ ਨਾਲ ਡਾਇਰੈਕਟਲੀ ਡੀਲ ਕਰੇਗਾ, ਸਪੈਸ਼ਲੀ ਜਿਹੜੇ ਕੈਨੇਡੀਅਨ ਕੰਪਨੀਜ਼ ਹੈ, ਗੋਰੇ ਕੰਪਨੀਜ਼ ਹੈ, ਨੋਟ ਲਾਈਕ ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ, ਅਗਰ ਉਸ ਤਰ੍ਹਾਂ ਦੀ ਕੰਪਨੀ ਨਹੀਂ ਹੈ, ਸੋ ਉਹ ਤੁਹਾਡੇ ਤੋਂ ਕੁਝ ਪੈਸਾ ਨਹੀਂ ਚਾਰਜ ਕਰਨਗੇ। ਜੋ ਵੀ ਰੀਜ਼ਨੇਬਲੀ ਖਰਚਾ ਹੈ, $3,000-4,000 ਦਾ ਖਰਚਾ ਹੋਣਾ, ਉਹ ਉਹਨਾਂ ਦੇ ਆਪਣੀ ਹੀ ਕੰਪਨੀ ਬੀਅਰ ਕਰ ਸਕਦੇ ਹਾਂ। ਸੋ ਇਹ ਮੇਰੀ ਸਲਾਹ ਹੈ ਤੁਹਾਨੂੰ। ਸਰ, ਇੱਕ ਗੱਲ ਪੁੱਛਣੀ ਸੀ, ਜਿੱਦਾਂ ਕਿ ਅਸੀਂ ਹੁਣ ਸਿਰਫ ਲੌਂਗ ਹੋਲ ਟਰੱਕ ਨੂੰ ਹੀ ਵੀਜ਼ਾ ਮਿਲਦਾ ਕਿ ਆਮ ਜਿਹੜੇ ਸਿੰਪਲ ਟਰੱਕ ਚਲਾਉਂਦੇ ਉਹਨਾਂ ਦਾ ਵੀ ਮਤਲਬ ਵੀਜ਼ਾ ਹੋ ਸਕਦਾ ਜੀ? ਦੈਟ ਇਜ਼ ਅ ਗੁੱਡ ਕੁਐਸਚਨ। ਛੋਟੇ ਹੋਲ ਜਿਹੜੇ ਟਰੱਕ ਚੱਲਦੇ ਉਹਨਾਂ ਦੀ ਕੈਟੇਗਰੀ ਅੱਜ ਕੱਲ੍ਹ ਵੀਜ਼ਾ ਮੈਂ ਦੇਖਿਆ ਨਹੀਂ, ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ, ਲੇਕਿਨ ਮੈਂ ਇਸ ਤਰ੍ਹਾਂ ਦੀ ਕੈਟੇਗਰੀ ਜਾਂ ਇਸ ਤਰ੍ਹਾਂ ਦੇ ਵੀਜ਼ੇ ਮਿਲਦੇ ਹੋਏ ਰੀਸੈਂਟਲੀ ਫੋਰ ਦਾ ਪਾਸਟ 2-3 ਈਅਰਸ ਮੈਂ ਦੇਖੇ ਨਹੀਂ। ਸੋ ਲੌਂਗ ਹੋਲ ਕੈਟੇਗਰੀ ਹੈ, ਲੌਂਗ ਹੋਲ ਦਾ ਮਤਲਬ ਇਹ ਹੈ ਕਿ ਬਈ ਇੱਕ ਸੂਬੇ ਤੋਂ ਲੈ ਕੇ ਇੱਕ ਪ੍ਰੋਵਿੰਸ ਹੈ, ਜਿਸ ਤਰ੍ਹਾਂ ਸਟੇਟ, ਇੱਕ ਵਨ ਸਟੇਟ ਟੂ ਅਨਦਰ ਸਟੇਟ, ਜਿਸ ਤਰ੍ਹਾਂ ਵੈਨਕੂਵਰ ਤੋਂ ਲੈ ਕੇ ਟੋਰਾਂਟੋ, ਵੈਨਕੂਵਰ ਟੂ ਯੂ ਨੋ
अमेरिका वसन, मतलब ये लोग चलते हैं हजार हजार किलोमीटर चलते हैं, 1000 किलोमीटर प्लस इधर चले गए, हजार मतलब हजार इज नथिंग एक्चुअली, 5000 किलोमीटर, 5000, जिस तरह वो वैंकूवर तो टोरंटो चले गए, दैट इटसेल्फ इज 5000 किलोमीटर्स मे बी मोर। तो उत्थों सामान लेके चले टोरंटो, 4 दिन लग गए जी, फिर मुड़ के सामान लेके चले, दिस इज कॉल्ड लॉन्ग हॉल, मतलब ये टीमा चलती हैं, दो दो कट्ठे चलते हैं कि ट्रक चलता रहे, एक सौ गया एक दूसरा चला रहे। सर वैसे अगर असि किसी को अप्लाई कर दे, जैसे कि मान लो कि मेरे वर्गा बंदा हो, ज्यादा नॉलेज नहीं है, अगर असि किसी एजेंट को अप्लाई कर दे, सपोज करो, ते वो मतलब क्या प्रोसेस होना चाहिए, क्या वो फीस एडवांस ले सकते कि नहीं ले सकते? मैं ऑलरेडी दस चुके हैं, फीस लेना, देखो इमिग्रेशन कंसल्टेंट इमिग्रेशन लॉयर का काम है एप्लीकेशन करनी, रेवेन्यू चार्ज, रेवेन्यू ना बनता कि तो पैसे चार्ज करने, जिस तरह वर्क परमिट वर्क वीजा एप्लीकेशन है, वर्क वीजा ले रीजनेबल जो उन्हों का खर्चा है, जो प्रॉफिट मार्जिन है किसी का 2000 3000 4000 5, लेट्स से अप टू 4 5000 डॉलर वो चार्ज कर सकता है टू अप्लाई फॉर वर्क वीजा। वर्क वीजा तो सऊदी तो मिलेगा, कैनेडियन एम्बेसी उतो मिलेगा, ऑनलाइन करके उधर जाएगी, लेकिन वो जरा इस तो पहला जो स्टेप होने, जिस तरह जॉब सर्च करना, LMI करना, वह खर्चा तो सिर पर नहीं पा सकते, उन्होंने आप ही बियर करना पड़ेगा, दैट मीनस के इंप्लॉयर देगा। लेकिन अजकल पिछले कई साल तो, पिछले लेट्स से 5 6 साल तो इस तरह का एक सिस्टम, एक मंडी बन गई है, जो वैंकूवर मार्केट है स्पेशली, तो उत्थे मतलब ये जॉबा बिकदी हैं, जिस तरह अगर किसी का ट्रकिंग कंपनी है तो वो एजेंट फलाम उन्होंने भावे मतलब ऑफर करता कि भाई भाजी तुम साढ़े बंदे नू रख लो जी, उन्होंने कहा ठीक है जी रख लेंगे, कोई चक्कर नहीं, कम करने वाला बंदा चाहिए जरा ट्रक चला ले, लेकिन पैसे कितना दोगे, मत्था कितना टेकोगे, कोई कहते 35000, कोई 40000, कोई कोई 70000 डॉलर भी सुने मैं। सो अगले नू ट्रक ड्राइवर नू ये होंगे कि भाई पैसे लेकर पहुंच गए, वर्क परमिट मिल गया, वो बाद साल 2 साल बाद उन्होंने PR फाइल बन लग जाती है, सो इस करके वो भी अपना फायदा देख रहे हैं, मालिक भी अपना जी मोटी मोटी कमाई कर रहे हैं, पर दिस इज रॉन्ग, ये सारा काम इलीगल। फिर सर राइट वे क्या होना चाहिए था, हम सानू की करना चाहिए था, राइट मतलब तो अपने आप ही सर्च करो, अपने आप जॉब सर्च करो, अपने आप किसी एस्टैब्लिश कंपनी, स्पेशली करे कोई कैनेडियन कंपनी, जिससे कोई मतलब जिथे अपना कोई देसी इन्फ्लुएंस ना हो, जिथे कोई मैनेजर होएगा, कोई इंडियन मैनेजर होएगा, इंडियन ओनर होगा, वो हमेशा कुछ ना कुछ लालच शो कर जाएगा कि भाई इतने तो कुछ कमाई का एक प्रोविजन हो सकता है। तो जरा गोइंग रेट है तुम ऑलरेडी दस चुके हैं 35-40000 डॉलर, विच इज मतलब कि गल देखो एक्चुअली मैनू मतलब किसी का ये प्रॉब्लम नहीं है कि वो पैसे कद ले ले रहे, लेकिन पैसे उस चीज़ की लेने लेने चाहिए हैं जो अलाउड है बाय लॉ। ये 35000 डॉलर ना तुसी कोई रसीद दे रहे हो मैनू, ठीक है ना, तुहानू कोई लाइसेंस होल्डर हो तुसी इस चीज़ नहीं, तुसी ट्रांसपेरेंसी तुहाडे कोल है नहीं, तुसी मैनू दस भी नहीं रहे कि भाई जॉब ये मेरे लायक है भी कि नहीं है, मैं जॉब कर भी सकता कि नहीं है, क्या पता कि वो जिहड़ी कंपनी है वो प्रॉपर तनख्वाह भी तुहानू दे ना दे, ये भी कुछ नहीं पता। कई बार ये भी होंगे कि वर्क परमिट मिल गया, तुसी पहुंच गए कनेडा पहुंच गए, तुहानू जॉब ही नहीं देनी, उन्होंने कहा कि भाई साढ़े कोल तो काम ही नहीं है, तुहानू तो सिर्फ असी मंगवाना सी, तुसी बैठे हो तुहाडे कोल काम नहीं है, तुसी अनएम्प्लॉयड बैठे हो, तुहाडी कमाई फिर भी नहीं होएगी, या तुहानू शायद अपना कैनेडियन लाइसेंस मिलने प्रॉब्लम हो सकती है, कई बार US वीजा तुहानू नहीं मिलता, वो अगले कह सकते हैं कि भाई साडा काम तो है अमेरिका नूं गुड्स लेना, तुहाडे कोल US वीजा नहीं, दैट मीनस कि तुहानू असी काम नहीं दे सकते, ये सारी गल्लां करना जरूरी है उन्हां लई इन एडवांस, ते फिर की होगा। सो दैट इज वाई आई डोंट लाइक एनीबडी, जरा स्पेशली जो फ्रैशर्स है, जिस तरह तुसी तुहानू कैनेडा का एक्सपीरियंस कुछ नहीं है, तुसी अगर पहली जॉब अगर किसी एजेंट थ्रू करोगे तो 99.9% है कोई ना कोई तुहानू इस तरह का नुकसान हो सकता है। सर थैंक यू सर। और कोई मेरे लिए कोई सवाल, कोई इंक्वायरी? बट सर मेरा तो यही सीखा, मेरी वाइफ ने और A&M कीती है 2016 च, ते मैं उनका सोचता सी कि अगर उनके भी हफ्ते हो जाए, दो किड्स है, पर इतना मैंने पॉसिबल लग्या नहीं। फिर मैंने किसी ने सलाह दी भी तुसी वर्क परमिट ते खुद जाओ, तो फैमिली नु बाद च बुलायो। वर्क परमिट ठीक है ना, वर्क परमिट जे अगर जॉब मिलती है तो वर्क परमिट भी मिल जाएगा। जी गलत है ना कि असली चीज़ तो है जॉब मिलना, जॉब मिलना तो किसी भी कंट्री से मुश्किल है। सपोज अगर मैं इतने बैठा कैनेडा में बैठ बैठ के, अगर जो मैं सऊदी से जॉब मैं लगा कतर को देखा जॉब, तो मैंने भी जॉब शायद ना मिले। जॉब सर्च इज ऑलवेज द मोस्ट डिफिकल्ट पार्ट, जॉब सर्च करना औखा जरूर है, क्योंकि असली जॉब मिलना तो सही मालिक के को जॉब नौकरी मिलनी इज ऑलवेज अ बिग चैलेंज। सो इस करके जे तक अगर फ्रॉड नहीं अपने तो करवाना, कोई इस तरह का फ्रॉड ना हो जाए, 35000 डॉलर इज नॉट अ स्मॉल अमाउंट, ये मतलब बिल्कुल इंडिया के करीब 20 लाख रुपए हो गए। सो
ਜੋਬ ਆਪਣੇ ਆਪ ਹੀ ਸਰਚ ਕਰੋ, ਆਪਣੇ ਆਪ ਹੀ ਚਾਂਸ ਹੋ ਇਸ ਦਾ। ਠੀਕ ਹੈ ਜੀ, ਥੈਂਕ ਯੂ ਸਰ ਸੋ ਮਚ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।